ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਇੱਥੇ ਵਾਟਰਪਰੂਫ ਟੈਂਟ ਇਹਦੇ ਅੰਦਰ ਇੱਕ ਨਵਾਂ ਉਪਰਾਲਾ 7 ਦਾ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ, ਰੈਵੋਲੂਸ਼ਨਰ ਕਿਤਾਬਾਂ ਨੇ, ਚੰਗੀਆਂ ਚੰਗੀਆਂ ਤਰ੍ਹਾਂ ਤਰ੍ਹਾਂ ਦੀਆਂ ਕਿਤਾਬਾਂ ਇੱਥੇ ਰੱਖੀਆਂ ਗਈਆਂ, ਔਰ ਪੰਜਾਬ ਦਾ ਜਿਹੜਾ ਹੈਗਾ ਇਤਿਹਾਸ, ਉਹਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਪੁਰਾਣੇ ਜਿਹੜੇ ਹੈਗੇ ਸੂਰਵੀਰ ਯੋਧੇ ਰਹੇ ਆ, ਔਰ ਕਿਸ ਤਰ੍ਹਾਂ ਇਹ ਸੰਘਰਸ਼ ਦੀਆਂ ਜਿਹੜੀਆਂ ਹੈਗੀਆਂ ਤਸਵੀਰਾਂ, ਇਹ ਸਾਰੇ ਤਰ੍ਹਾਂ ਤਰ੍ਹਾਂ ਦੇ ਪੋਸਟਰ ਲਾ ਕੇ ਉਹਨੂੰ ਦੱਸਿਆ ਜਾ ਰਿਹਾ। ਪਰ ਬਹੁਤ ਸਾਰੇ ਨੌਜਵਾਨ ਆ ਜਿਹੜੇ ਇੱਥੇ ਆ ਰਹੇ ਆ ਸਿਰਫ ਇਸੇ ਕਰਕੇ ਕਿ ਜਿਹੜੇ ਪੰਜਾਬ ਦੇ ਕਲਚਰ ਨਾਲ ਜੁੜੇ ਹੋਏ ਆ, ਪੰਜਾਬ ਦਾ ਕੀ ਇਤਿਹਾਸ ਸੀਗਾ ਅਤੇ ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ, ਉਸ ਕਲਚਰ ਨੂੰ ਦਰਸਾਉਣ ਦੇ ਲਈ ਇੱਕ 7 ਦਾ ਉਪਰਾਲਾ ਕੀਤਾ ਗਿਆ ਇਸ ਵਾਟਰਪਰੂਫ ਟੈਂਟ ਦੇ ਥੱਲੇ, ਜਿਹੜਾ ਸ਼ੰਭੂ ਬੈਰੀਅਰ, ਸਿੰਘੂ ਬੈਰੀਅਰ ਤੋਂ ਸਿਰਫ 2 ਕਿਲੋਮੀਟਰ ਦੇ ਫਾਸਲੇ 'ਤੇ ਹੈ। ਸੋ ਮੈਂ ਇਹ ਇੱਕ ਬਹੁਤ ਹੀ ਲੋਕਾਂ ਦਾ ਬੜਾ ਇਹਦੇ ਵਿੱਚ ਭਰੋਸਾ ਮਿਲ ਰਿਹਾ, ਜਿਸ ਤਰ੍ਹਾਂ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਬੈਠ ਕੇ ਕਿਤਾਬਾਂ ਪੜ੍ਹਦੇ ਆ, ਔਰ ਜੋ ਕ੍ਰਾਂਤੀਕਾਰੀ ਕਿਤਾਬਾਂ, ਚਾਹੇ ਚੀ ਗਵੇਰਾ ਵਰਗੇ ਰੈਵੋਲੂਸ਼ਨਰ ਰਹੇ ਆ, ਭਗਤ ਸਿੰਘ ਰਹੇ ਆ, ਊਧਮ ਸਿੰਘ, ਉਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਇਹ ਸੰਘਰਸ਼ ਨੂੰ ਜਿਹੜਾ ਹੈਗਾ ਬੜਾ ਹੀ ਚੈਨਲਾਈਜ਼ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ। ਸੋ ਮੈਂ ਇਹੀ ਅਪੀਲ ਕਰਦਾ ਕਿ ਜਿਹੜਾ ਇਹ ਤੁਹਾਡੇ ਚੈਨਲ ਦੇ ਜ਼ਰੀਏ ਕਿ ਨੌਜਵਾਨ ਜਿਹੜੀ ਹੈਗੀ ਹੈ ਪੰਜਾਬ ਦੀ ਪੀੜ੍ਹੀ, ਕਿ ਆਪਾਂ ਬਹੁਤ ਹੀ ਸੰਜਮ ਦੇ ਨਾਲ ਸੰਘਰਸ਼ ਜਿਹੜਾ ਹੈਗਾ ਇਹ ਕਰਨਾ, ਆਪਾਂ ਜਿੱਤ ਵੱਲ ਵੱਧ ਰਹੇ ਹਾਂ। ਜਿਸ ਤਰ੍ਹਾਂ 1907 ਦੇ ਵਿੱਚ ਪੱਗੜੀ ਸੰਭਾਲ ਜੱਟਾ ਜਿਹੜਾ ਸੰਘਰਸ਼ ਹੋਇਆ ਸੀ, ਸਭ ਤੋਂ ਲੰਮਾ ਚੱਲਿਆ ਸੀ 9 ਮਹੀਨੇ, ਅਤੇ ਇਹ ਵੀ ਜੇ ਆਪਾਂ ਵੇਖੀਏ ਤਾਂ 3 ਮਹੀਨੇ ਤਕਰੀਬਨ ਹੋ ਚੁੱਕੇ ਹੈ, 2.25 ਮਹੀਨੇ ਆਪਾਂ ਉੱਥੇ ਪੰਜਾਬ 'ਚ ਬੈਠੇ ਰਹੇ ਹਾਂ ਅਤੇ ਮਹੀਨਾ ਹੁਣ ਇੱਥੇ ਹੋ ਚੁੱਕਿਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਇਸ ਸੰਘਰਸ਼ ਨੂੰ ਜਿੱਤਣ ਦੇ ਲਈ ਆਪਾਂ ਨੂੰ ਬਹੁਤ ਹੀ ਸਹਿਨਸ਼ੀਲਤਾ ਔਰ ਸੰਜਮ ਵਰਤਣ ਦੀ ਲੋੜ ਹੈ। ਧੰਨਵਾਦ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।